ਦੋਸਤੋ, ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਤੋਂ, ਕਈ ਸਰਕਾਰਾਂ ਦੇ ਸਮੇਂ ਤੋਂ ਪੰਜਾਬ ਪੁਲਿਸ ਦੇ ਵਿੱਚ ਸਪੈਸ਼ਲੀ ਬੜੀ ਵੱਡੀ ਧਾਂਦਲੀ, ਭਰਤੀ ਦੇ ਨਾਮ ਦੇ ਉੱਤੇ ਠੱਗੀ ਠੋਰੀ ਦਾ ਮਾਮਲਾ ਚੱਲਦਾ ਆ ਰਿਹਾ ਸੀ, ਜਿੱਥੇ ਕਿ ਹੁਣ ਵੀ ਰੀਸੈਂਟ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਸਨਸਨੀਖੇਜ਼ ਪੰਜਾਬ ਪੁਲਿਸ ਭਰਤੀ ਦਾ ਮਾਮਲਾ ਸਾਹਮਣੇ ਆਇਆ, ਜਿਹਦੇ ਵਿੱਚ ਅੰਮ੍ਰਿਤਸਰ ਦੇ ਜੇਠੂਵਾਲ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਸਾਬਕ ਫੌਜੀ ਦੇ ਨਾਲ ਬੜੀ ਵੱਡੀ ਠੱਗੀ ਹੋ ਗਈ ਆ, ਜਿਹਦੇ ਵਿੱਚ ਬਾਈ ਨੇਮ ਉਹ ਕੰਪਲੇਂਟ ਉਹਨਾਂ ਨੇ ਦਰਜ ਕਰਵਾਈ ਸੀ ਔਰ ਬਾਈ ਨੇਮ ਐੱਫ ਆਈ ਆਰ ਰਜਿਸਟਰ ਹੋਈ ਆ ਥਾਣਾ ਕੰਬੋ ਅੰਮ੍ਰਿਤਸਰ ਦੇ ਵਿੱਚ, ਦਿਹਾਤੀ ਇਲਾਕੇ ਦੇ ਵਿੱਚ, ਜਿਹਦੇ ਵਿੱਚ ਉਹ ਦੱਸ ਰਹੇ ਨੇ ਕਿ ਤਕਰੀਬਨ 40 ਤੋਂ 45 ਲੱਖ ਰੁਪਇਆ ਉਹਨਾਂ ਕੋਲੋਂ ਚਾਰ ਦੋਸ਼ੀਆਂ ਜਿਨ੍ਹਾਂ ਦਾ ਨਾਮ ਦਲਜੀਤ ਸਿੰਘ, ਕਮਲਸ਼ੀਰ ਕੌਰ, ਰਵਿੰਦਰ ਸਿੰਘ ਰੋਬਿਨ ਔਰ ਸ਼ਿਵਮ ਰਾਣਾ, ਜੋ ਕਿ ਕੈਨੇਡਾ ਦੇ ਵਿੱਚ ਭੱਜ ਗਿਆ ਆ, ਉਹਨਾਂ ਵੱਲੋਂ ਰਲ ਮਿਲ ਕੇ ਉਹਨਾਂ ਦੇ ਨਾਲ ਠੱਗੀ ਠੋਰੀ ਕੀਤੀ ਗਈ ਔਰ 45 ਲੱਖ ਰੁਪਏ ਦੇ ਕਰੀਬ ਰਕਮ ਉਹਨਾਂ ਕੋਲੋਂ ਹੇਠ ਲਈ ਗਈ। 38,70,000 ਰੁਪਇਆ ਕੈਸ਼ ਦੇ ਏਵਜ਼ ਉਹਨਾਂ ਨੇ ਉਹਨਾਂ ਕੋਲੋਂ ਲੈ ਲਿਆ, ਜਿਹਦੇ ਕਿ ਪ੍ਰੂਫ ਵੀਡੀਓ ਰਿਕਾਰਡਿੰਗ ਉਹਨਾਂ ਦੇ ਨੋਟ ਗਿਣਦਿਆਂ ਦੀ ਵੀ ਸਾਹਮਣੇ ਆ ਗਈ ਆ ਔਰ ਬੜਾ ਕਲੀਅਰ ਵਾਜ਼ੇ ਹੈਗਾ, ਜਿਹਦੇ ਵਿੱਚ ਉਹ ਉਹਨਾਂ ਦੇ ਘਰ ਪਹੁੰਚ ਕੇ ਆਪਣੇ ਵਹੀਕਲ ਦੇ ਰਾਹੀਂ ਆਉਂਦੇ ਆ ਅਤੇ ਉਹਨਾਂ ਕੋਲੋਂ ਪੈਸੇ ਰਿਸੀਵ ਕਰਦੇ ਆ। ਉਹ ਸਾਰੀਆਂ ਇਨਪੁੱਟਸ, ਵੀਡੀਓ ਰਿਕਾਰਡਿੰਗਸ, ਪ੍ਰੂਫਸ ਸਾਰੀਆਂ ਇਹਨਾਂ ਕੋਲ ਮੌਜੂਦ ਹੈਗੀਆਂ। ਜਿਹੜਾ ਪ੍ਰਮੁੱਖ ਦੋਸ਼ੀ ਮੰਨਿਆ ਜਾਂਦਾ ਹੈ ਦਲਜੀਤ ਸਿੰਘ, ਉਹ ਆਪਣੇ ਆਪ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਮਿਸਟਰ ਚਰਨਜੀਤ ਸਿੰਘ ਚੰਨੀ ਦਾ ਰਿਲੇਟਿਵ ਦੱਸਦਾ ਆ, ਕਲਾਸ ਫੈਲੋ ਦੱਸਦਾ ਆ ਔਰ ਜਿਗਰੀ ਯਾਰ ਦੱਸਦਾ ਆ। ਸੋ ਬੜੀ ਵੱਡੀ ਗੱਲ ਆ। ਉਸ ਤੋਂ ਬਾਅਦ ਦੂਸਰਾ ਦੋਸ਼ੀ ਰਵਿੰਦਰ ਸਿੰਘ ਰੋਬਿਨ, ਜਿਹੜਾ ਕਿ ਆ ਸਨ ਇਨ ਲਾਅ ਹੈਗਾ, ਜਵਾਈ ਹੈਗਾ ਉਸੇ ਪ੍ਰਮੁੱਖ ਦੋਸ਼ੀ ਦਲਜੀਤ ਸਿੰਘ ਦਾ, ਜਿਹੜਾ ਚੰਨੀ ਨੂੰ ਆਪਣਾ ਰਿਸ਼ਤੇਦਾਰ ਦੱਸਦਾ ਆ, ਕਲਾਸ ਫੈਲੋ ਦੱਸਦਾ ਆ, ਜਿਗਰੀ ਯਾਰ ਦੱਸਦਾ ਆ ਔਰ ਆਪਸ ਦੇ ਵਿੱਚ ਇਹਨਾਂ ਦੀ ਰਿਸ਼ਤੇਦਾਰੀ ਵੀ ਆ। ਉਹ ਰਵਿੰਦਰ ਸਿੰਘ ਰੋਬਿਨ ਉਸ ਦਲਜੀਤ ਸਿੰਘ ਦਾ ਸਕੀ ਭੈਣ ਦਾ ਮੁੰਡਾ ਵੀ ਆ ਔਰ ਜਿਹੜੀ ਕਰਮਸ਼ੀਤ ਕੌਰ ਆ ਇਸੇ ਰਵਿੰਦਰ ਸਿੰਘ ਰੋਬਿਨ ਦੀ ਪਤਨੀ ਹੈ। ਔਰ ਉਸ ਤੋਂ ਵੀ ਸਨਸਨੀਖੇਜ਼ ਗੱਲ ਇਹ ਸਾਹਮਣੇ ਆਉਂਦੀ ਆ ਕਿ ਦਲਜੀਤ ਸਿੰਘ ਜਿਹੜਾ ਪ੍ਰਮੁੱਖ ਦੋਸ਼ੀ ਹੈਗਾ, ਉਹ ਆਪਣੇ ਆਪ ਨੂੰ ਫਾਰਮਰ DGP ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਦਾ ਰਿਸ਼ਤੇਦਾਰ ਇਹਨਾਂ ਨੂੰ ਦੱਸਦਾ ਰਿਹਾ ਕਿ ਫਾਰਮਰ DG ਉਹਨਾਂ ਦੀ ਮਾਸੀ ਦਾ ਮੁੰਡਾ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ, ਮੁੱਖ ਮੰਤਰੀ ਸਾਬਕ ਦੇ ਨਾਲ ਰਿਸ਼ਤੇਦਾਰੀ, ਉਹਨਾਂ ਦੀ ਜਿਗਰੀ ਯਾਰੀ ਔਰ DGP ਆਫਿਸ ਦੇ ਨਾਲ, ਸਪੈਸ਼ਲੀ DGP ਦੇ ਨਾਲ ਆਪਣੀ ਰਿਸ਼ਤੇਦਾਰੀ ਦੱਸੀ, ਜਿਹਦੇ ਨਾਲ ਇਹਨਾਂ ਦਾ ਭਰੋਸਾ ਉਹਨਾਂ ਵਿਅਕਤੀਆਂ ਨੇ ਜਿੱਤ ਲਿਆ ਅਤੇ ਇਹਨਾਂ ਨੂੰ ਗੱਲ ਕੀਤੀ ਕਿ ਜਦੋਂ ਤੁਸੀਂ ਰਿਟਾਇਰ ਹੋ ਗਏ ਹੋ ਤਾਂ ਅਸੀਂ ਤੁਹਾਨੂੰ ਸਬ ਇੰਸਪੈਕਟਰ ਭਰਤੀ ਕਰਵਾ ਦਿਆਂਗੇ ਔਰ ਉਹਦੇ ਏਵਜ਼ ਦੇ ਵਿੱਚ ਵੱਡੇ ਲੈਵਲ 'ਤੇ ਇਹਨਾਂ ਕੋਲੋਂ ਪੈਸੇ ਲੈ ਲਏ ਔਰ ਉਹਦੇ ਪ੍ਰੂਫਸ, ਜਿਹੜਾ ਉਹ ਵਿਅਕਤੀ ਦਾ ਕਿਸੇ ਉਸ DGP ਆਫਿਸ ਦੇ ਵਿੱਚ ਵੀ ਐਕਸੈਸ ਸੀਗਾ, ਉਹਦੀ ਐਂਟਰੀ ਦੇ ਪਾਸਿਸ ਵੀ ਬੜੇ ਸਾਹਮਣੇ ਸਰਮੌਰ ਤਰੀਕੇ ਦੇ ਨਾਲ ਪ੍ਰਮੁੱਖਤਾ ਦੇ ਨਾਲ ਮੌਜੂਦ ਹੈਗੇ ਆ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਿੱਚੋਂ ਰਵਿੰਦਰ ਸਿੰਘ ਰੋਬਿਨ, ਹਾਂਜੀ, ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ DG ਆਫਿਸ ਦੇ ਪਾਸਿਸ ਔਰ ਐਂਟਰੀਜ਼, ਇੱਥੋਂ ਇਹ ਦਰਸਾ ਰਹੇ ਆ ਕਿ ਇਹਨਾਂ ਟਾਊਟਸ ਦਾ, ਇਹਨਾਂ ਸਕੈਂਡਲ ਕਰਨ ਵਾਲੇ ਲੋਕਾਂ ਦਾ, ਇਹਨਾਂ ਫਿਕਸਰਸ ਦਾ DGP ਆਫਿਸ ਤੱਕ ਕੋਈ ਨਾ ਕੋਈ ਐਕਸੈਸ ਹੈ ਸੀਗਾ। ਔਰ ਉਸ ਤੋਂ ਬਾਅਦ ਉਹ ਹੀ ਦਲਜੀਤ ਸਿੰਘ ਜਿਹੜਾ ਆਪਣੇ ਆਪ ਨੂੰ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਦੱਸਦਾ ਆ, ਉਹਦੀਆਂ ਤਸਵੀਰਾਂ ਵੀ ਉਹਨਾਂ ਦੇ ਨਜ਼ਦੀਕੀ ਲੋਕਾਂ ਦੇ ਨਾਲ ਸਾਹਮਣੇ ਆਉਂਦੀਆਂ, ਤੁਸੀਂ ਦੇਖ ਸਕਦੇ ਹੋ। ਮੈਂ ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾ ਰਿਹਾ ਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ਼ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ, ਅਤੇ ਉਹ ਸੈਂਟਰ ਦੇ ਵਿੱਚ ਖੜ੍ਹਾ ਉਹ ਹੀ ਦੋਸ਼ੀ ਜਿਹੜਾ FIR ਦੇ ਵਿੱਚ ਨਾਮਜ਼ਦ ਆ, ਰਵਿੰਦਰ ਸਿੰਘ ਰੋਬਿਨ।
ਇਹ ਚਰਨਜੀਤ ਸਿੰਘ ਚੰਨੀ ਦੇ ਨਾਲ ਖੜ੍ਹਾ ਆ। ਉਸ ਤੋਂ ਬਾਅਦ ਤੁਸੀਂ ਕਲੀਅਰਲੀ ਇਹ ਤਸਵੀਰ ਨੂੰ ਦੇਖ ਸਕਦੇ ਹੋ। ਉਸ ਤੋਂ ਬਾਅਦ ਦੂਸਰੀ ਤਸਵੀਰ ਇਹ ਆਉਂਦੀ ਆ ਕਿ ਦੱਸਿਆ ਜਾ ਰਿਹਾ ਕਿ ਇਹ ਵਿਅਕਤੀ ਸੁਰਿੰਦਰਪਾਲ ਸਿੰਘ ਸੈਣੀ ਉਸ ਸਮੇਂ ਦੇ ਵਿੱਚ ਉਸ IPS DG ਦਾ PA ਦੱਸਿਆ ਜਾ ਰਿਹਾ, ਆਫਿਸ ਇੰਚਾਰਜ ਦੱਸਿਆ ਜਾ ਰਿਹਾ ਜਾਂ ਸੁਪਰਡੈਂਟ ਦੱਸਿਆ ਜਾ ਰਿਹਾ। ਜੋ ਵੀ ਨੋਮਨ ਕਲੇਚਰ ਉਹਨਾਂ ਨੇ ਠੱਗੀ ਮਾਰਨ ਦੇ ਵਿੱਚ ਦੱਸੀ ਹੋਊਗੀ, ਉਹ ਇਹਨਾਂ ਦਾ ਕੌਨਫੀਡੈਂਸ ਵਿਨ ਕਰਨ ਵਾਸਤੇ ਉਹੀ ਰਵਿੰਦਰ ਸਿੰਘ ਰੋਬਿਨ ਦੋਸ਼ੀ ਔਰ ਇਹ ਉਹਨਾਂ ਦਾ PA ਆਫਿਸ ਦਾ, ਉਹਦੇ ਨਾਲ ਵੀ ਇੱਕ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਆ। ਔਰ ਦੂਸਰੀ ਤਸਵੀਰ ਇਹ ਆ ਕਿ ਇਹ ਜਿਹੜਾ ਦਲਜੀਤ ਸਿੰਘ ਔਰ ਰਵਿੰਦਰ ਸਿੰਘ ਰੋਬਿਨ ਜਿਹੜੇ FIR ਦੇ ਵਿੱਚ ਨਾਮਜ਼ਦ ਆ, ਆਪਸ ਦੇ ਵਿੱਚ ਜਵਾਈ ਔਰ ਸਹੁਰਾ ਨੇ, ਉਹਨਾਂ ਇਕੱਠਿਆਂ ਦੀ ਵੀ ਤਸਵੀਰ ਸਾਹਮਣੇ ਆ ਰਹੀ ਹੈ। ਔਰ ਤੁਸੀਂ ਇਹ ਵੀ ਦੇਖ ਲਓ ਕਿ ਫਿਰ PA to DGP ਉਸ ਸਮੇਂ ਸੁਰਿੰਦਰਪਾਲ ਸਿੰਘ ਸੈਣੀ ਦੇ ਨਾਲ ਫਿਰ ਉਹੀ ਦੋਸ਼ੀ ਜਿਹੜਾ FIR ਦੇ ਵਿੱਚ ਨਾਮਜ਼ਦ ਆ ਰਵਿੰਦਰ ਸਿੰਘ ਰੋਬਿਨ, ਉਹਦੀ ਤਸਵੀਰ ਫਿਰ ਬੈਠੇ ਸਾਹਮਣੇ ਆ ਰਹੀ ਹੈ, ਜਿੱਥੋਂ ਇਹ ਕਈ ਗੱਲਾਂ ਤਸਦੀਕ ਹੁੰਦੀਆਂ ਕਿ ਇਹਨਾਂ ਦੋਸ਼ੀਆਂ ਦਾ, ਇਹਨਾਂ ਫਿਕਸਰ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਐਕਸਿਸ ਵੱਡੇ VIP ਲੋਕਾਂ ਦੇ ਵਿੱਚ ਸੀਗਾ, ਪੋਲੀਟੀਕਲ ਲੀਡਰਸ ਦੇ ਵਿੱਚ ਸੀਗਾ, ਪੁਲਿਸ ਦੇ ਟੌਪ ਬਰਾਸ ਆਫਿਸਰਸ ਦੇ ਨਾਲ ਸੀਗਾ। ਔਰ ਇਹੋ ਹੀ ਲੜਕੀ ਕਮਲਸ਼ੀਰ ਕੌਰ ਜਿਹਦੀ ਜ਼ਮਾਨਤ ਵੀ ਹਾਈਕੋਰਟ ਵੱਲੋਂ ਲੋਕਲ ਕੋਰਟ ਵੱਲੋਂ ਰੱਦ ਕੀਤੀ ਗਈ ਹੈ, ਔਰ ਦੱਸਿਆ ਜਾ ਰਿਹਾ ਕਿ ਹਾਈਕੋਰਟ ਵੱਲੋਂ ਵੀ ਇਹਨੂੰ ਇੱਕ ਜੁਰਮਾਨਾ ਆਇਦ ਕੀਤਾ ਗਿਆ। ਔਰ ਇੱਕ ਦੋਸ਼ੀ ਸ਼ਿਵਮ ਰਾਣਾ ਜੋ ਦੱਸਿਆ ਜਾ ਰਿਹਾ ਵਿਦੇਸ਼ ਨੂੰ ਭੱਜ ਗਿਆ, ਇੱਕ ਦੋਸ਼ੀ ਉਹਨੇ ਬੇਲ ਅਪਲਾਈ ਨਹੀਂ ਕੀਤੀ, ਇੱਕ ਦੋਸ਼ੀ ਇਹ ਆ ਕਿ ਜਿਹਨੂੰ ਕੋਈ ਗੋਡਿਆਂ ਦਾ ਬਹਾਨਾ ਲਾ ਕੇ, ਬਿਮਾਰੀ ਦਾ ਬਹਾਨਾ ਲਾ ਕੇ ਫੋਰ ਟੈਂਪਰੇਰੀ ਬੇਲ ਉਹਨੇ ਅਪਲਾਈ ਕੀਤੀ ਸੀ। ਔਰ ਤੁਸੀਂ ਇਹ ਦੇਖੋ ਕਿੱਡੀ ਵੱਡੀ ਦਲੇਰੀ ਆ ਇਹਨਾਂ ਲੋਕਾਂ ਦੀ ਕਿ ਇਸ ਵਿਅਕਤੀ ਨੂੰ, ਸਾਬਕ ਫੌਜੀ ਨੂੰ ਵਰਦੀ ਪਵਾ ਕੇ PAP ਕੁਆਟਰਸ ਦੇ ਵਿੱਚ ਇਸ ਵੇਲੇ ਮੌਜੂਦਾ ਹੈ, ਖੜ੍ਹਾ ਆ, ਔਰ ਇਹਨਾਂ ਨੇ ਵੈਪਨ ਵੀ ਲਗਾਇਆ ਹੋਇਆ। ਇਹਨਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਕਿ ਇਹ ਵੈਪਨ ਪ੍ਰਾਈਵੇਟਲੀ ਇਹਨਾਂ ਨੂੰ ਕਿਸੇ ਨੇ ਦੇ ਦਿੱਤਾ ਜਾਂ ਸਰਕਾਰੀ ਵੈਪਨ ਸੀ। ਇਹ ਵੀ ਬੜੀ ਵੱਡੀ ਜਾਂਚ ਦਾ ਵਿਸ਼ਾ ਆ ਕਿ ਕੋਈ ਬੰਦਾ ਜੇ ਉਹ ਭਰਤੀ ਨਹੀਂ ਸੀ ਹੋਇਆ, ਕੁਝ ਸਕੈਂਡਲ ਕਰਨ ਵਾਲੇ ਜਾਂ ਕੁਝ ਫਿਕਸਰ ਦੇ ਨਾਲ ਜੇ ਉਹ ਜੁੜ ਜਾਂਦਾ ਆ ਅਤੇ ਉਹਨੂੰ ਵਰਦੀ ਪਵਾ ਕੇ ਇੱਕ ਵੈਪਨ ਦੇ ਕੇ ਉਸ ਪੂਰੇ PAP ਸਰਾਊਂਡਿੰਗਸ ਦੇ ਵਿੱਚ ਉਹਨੂੰ ਘੁਮਾਉਂਦੇ ਆ, ਔਰ ਉਹ ਵਹੀਕਲ ਦੇ ਵਿੱਚ ਅਫਸਰਾਂ ਦੇ ਨਾਲ, ਲੋਕਲ ਲੋਅਰ ਲੈਵਲ ਦੇ ਅਫਸਰਸ ਦੇ ਨਾਲ ਆਉਂਦਾ ਜਾਂਦਾ ਵੀ ਆ, ਔਰ ਰੋਜ਼ ਨਾਮਚਾ ਦੇ ਵਿੱਚ ਵੀ ਇਹ ਦੱਸ ਰਹੇ ਨੇ ਕਿ ਇਹਨਾਂ ਦੀ ਹਾਜ਼ਰੀ ਲਗਾਈ ਜਾਂਦੀ ਸੀ। ਔਰ ਦੂਸਰੀ ਤਸਵੀਰ ਤੁਸੀਂ ਫਿਰ ਦੇਖ ਸਕਦੇ ਹੋ ਕਿ PAP ਕੁਆਟਰਸ ਦੇ ਵਿੱਚ, PAP ਕੁਆਟਰਸ ਉਹਨਾਂ ਦੇ ਵਿੱਚ ਇਹ ਤਸਵੀਰ ਸਾਹਮਣੇ ਆ ਰਹੀ ਹੈ, ਫਿਰ ਵਰਦੀ ਪਹਿਨ ਕੇ ਉੱਥੇ ਖੜ੍ਹੇ ਨੇ ਬੰਦੀ ਨੇ, ਇਹ ਵੀ ਦੋਸਤ ਉਹਨਾਂ ਦੇ ਸੱਜਣ ਨੇ। ਅਤੇ ਮੇਨ ਸਭ ਤੋਂ ਵੱਡੀ ਗੱਲ ਇਹ ਹੋਈ ਆ, ਬਰੀਫ ਕਰ ਰਿਹਾ ਮੈਂ ਅਜੇ, ਇਹਨਾਂ ਦੇ ਫੌਜੀ ਫੌਜ ਦੇ ਵਿੱਚੋਂ ਜਦੋਂ ਰਿਟਾਇਰ ਹੁੰਦੇ ਆ ਅਤੇ ਉਹਨਾਂ ਨੂੰ ਕੁਝ ਸਿਆਸੀ ਲੀਡਰ, ਵੱਡੇ ਸਿਆਸੀ ਲੀਡਰ ਜੋ ਕਿ ਪੰਜਾਬ ਦੇ ਸਾਬਕਾ CM ਦੇ ਆਪਣੇ ਆਪ ਨੂੰ ਨਜ਼ਦੀਕੀ ਦੱਸ ਕੇ ਔਰ ਉਹਨਾਂ ਦੇ ਰਿਸ਼ਤੇਦਾਰ ਦੱਸ ਕੇ, ਅਤੇ ਉਸ ਤੋਂ ਇਲਾਵਾ ਵੀ ਇੱਕ ਪੂਰਵ IPS ਆਫਿਸਰ ਜਿਹੜੇ ਕਿ DGP ਰੈਂਕ 'ਤੇ ਰਹੇ ਆ, ਉਸ ਵੇਲੇ ਉਹ ADGP ਪੰਜਾਬ ਸੀਗੇ, ਉਹਨਾਂ ਦਾ ਨੇੜਲਾ ਰਿਸ਼ਤੇਦਾਰ ਦੱਸ ਕੇ ਇਹਨਾਂ ਨੂੰ ਇੱਦਾਂ ਦਾ ਭਰਮਾਇਆ ਗਿਆ ਕਿ ਤੁਹਾਨੂੰ ਅਸੀਂ ਸਬ ਇੰਸਪੈਕਟਰ ਦੀ ਨੌਕਰੀ ਲਵਾ ਦਾਂਗੇ, ਅਤੇ ਇਹਨਾਂ ਕੋਲੋਂ ਕਰੀਬ 45 ਲੱਖ ਰੁਪਇਆ ਇਹਨਾਂ ਕੋਲੋਂ ਏਟ ਲਿਆ, ਠੱਗ ਲਿਆ, ਔਰ ਇਹਨਾਂ ਨੂੰ ਵਰਦੀ ਵੀ ਪਵਾ ਦਿੱਤੀ ਗਈ। PAP ਜਲੰਧਰ ਦੇ ਵਿੱਚ ਇਹਨਾਂ ਨੂੰ ਸਮੇਤ ਵਰਦੀ ਘੁਮਾਉਂਦੇ ਰਹੇ, ਇਹਨਾਂ ਨੂੰ ਇੱਕ ਵੈਪਨ ਵੀ ਦੇ ਦਿੱਤਾ ਗਿਆ, ਉਹ ਅਜੇ ਆਈਡੈਂਟੀਫਾਈ ਕਰਨ ਦੀ ਲੋੜ ਆ ਕਿ ਉਹ ਸਰਕਾਰੀ ਵੈਪਨ ਸੀ ਕਿ ਕਿਸੇ ਦਾ ਪ੍ਰਾਈਵੇਟ ਵੈਪਨ ਸੀ, ਔਰ ਇੱਕ ਸਰਕਾਰੀ ਵਹੀਕਲ, ਸਰਕਾਰੀ ਜਾਂ ਪ੍ਰਾਈਵੇਟ ਓਨਡ ਵਹੀਕਲ ਆ, ਉਹਦੇ ਵਿੱਚ ਇਹ ਘੁੰਮਦੇ ਰਹੇ। ਮਹੀਨਾ ਇਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਐਜ਼ ਅ ਕਾਂਸਟੇਬਲ ਪਹਿਲਾਂ ਜੁਆਇਨ ਕਰੋਗੇ, ਉਸ ਤੋਂ ਬਾਅਦ ਫਲਾਣੇ IPS ਆਫਿਸਰ ਕੋਲੋਂ ਤੁਹਾਨੂੰ ਅਸੀਂ DGP ਦਾ
DGP ਕੋਲੋਂ ਸਬ ਇੰਸਪੈਕਟਰ ਦੇ ਸਟਾਰਜ ਅਸੀਂ ਲਵਾ ਦਿਆਂਗੇ। ਉਹਦੇ ਦੌਰਾਨ ਉਹ ਬੰਦੇ ਇਹਨਾਂ ਕੋਲ ਵਿਜ਼ਿਟ ਵੀ ਕਰਦੇ ਰਹੇ, ਇਹਨਾਂ ਦੇ ਘਰ ਵੀ ਆਏ ਅਤੇ ਕੈਸ਼ ਦੇ ਵਿੱਚ ਵੀ ਰਕਮ ਇਹਨਾਂ ਕੋਲੋਂ ਲਈ, ਜਿਹੜੀ ਕਿ ਵੀਡੀਓ ਰਿਕਾਰਡਿੰਗ ਵੀ ਇਹਨਾਂ ਦੇ ਕੋਲ ਮੌਜੂਦ ਹੈਗੀ ਹੈ ਬੜੀ ਅੱਛੀ ਕੁਆਲਿਟੀ ਦੇ ਵਿੱਚ। ਅਤੇ ਇਹਦੇ ਮੁਤਾਬਕ ਇਹਨਾਂ ਨੇ ਵੱਖ ਵੱਖ ਥਾਵਾਂ ਉੱਤੇ ਪੁਰਜ਼ੋਰ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਇਹਨਾਂ ਦਾ ਮਸਲਾ ਹੱਲ ਹੋਵੇ ਜਾਂ ਇਹਨਾਂ ਨੂੰ ਨੌਕਰੀ ਮਿਲੇ, ਜਾਂ ਜਦੋਂ ਇਹਨਾਂ ਨੂੰ ਮਹਿਸੂਸ ਹੋਇਆ ਕਿ ਠੱਗੀ ਹੋ ਗਈ ਆ, ਇੱਕ ਆਈਡੈਂਟੀ ਕਾਰਡ ਵੀ ਪੰਜਾਬ ਪੁਲਿਸ ਦਾ ਇਹਨਾਂ ਨੂੰ ਦੇ ਦਿੱਤਾ ਗਿਆ, ਜਿਸ ਤੋਂ ਇਹਨਾਂ ਨੂੰ ਇਹ ਫੀਲ ਹੋਇਆ ਕਿ ਹਾਂ ਮੈਨੂੰ ਨੌਕਰੀ ਮਿਲ ਗਈ ਆ, ਮੈਂ ਸਾਬਕ ਫੌਜੀ ਹਾਂ। ਔਰ ਇਹਨਾਂ ਨੂੰ ਈਵਨ ਕਿ ਕਿਹਾ ਗਿਆ ਕਿ ਤੁਹਾਨੂੰ ਗ੍ਰਹਿ ਡਿਪਾਰਟਮੈਂਟ ਵੱਲੋਂ, ਹੋਮ ਮਿਨਿਸਟਰੀ ਵੱਲੋਂ ਤੁਹਾਨੂੰ ਇੱਕ ਫਾਈਲ ਲੱਗਣੀ ਆ, ਉਹਦਾ ਵੀ 1,00,000 ਰੁਪਇਆ ਦੋਸ਼ੀਆਂ ਨੇ ਇਹਨਾਂ ਕੋਲੋਂ ਲਿਆ ਸੀ। ਔਰ ਫਾਈਲ ਲਵਾਈ, ਫਿਰ ਵੱਖ ਵੱਖ ਤਰੀਕੇ ਦੇ ਨਾਲ ਇਹਨਾਂ ਨੂੰ DGP ਐਡਮਿਨਿਸਟ੍ਰੇਟਿਵ ਆਫਿਸਿਸ ਵੱਲੋਂ ਵੱਖ ਵੱਖ ਚਿੱਠੀਆਂ ਵੀ ਡਾਕ ਰਾਹੀਂ ਮਿਲਦੀਆਂ ਰਹੀਆਂ। ਕਿਤੇ ਇਹ ਕੁਝ ਪੁੱਛਦੇ ਸੀ, ਕਿਤੇ ਡਿਪਾਰਟਮੈਂਟ ਕੁਝ ਦੱਸਦਾ ਸੀ, ਪਰ ਅਲਟੀਮੇਟਲੀ ਗੱਲ ਇਹ ਸਾਹਮਣੇ ਆਈ ਕਿ ਕੋਈ ਵੀ ਨੌਕਰੀ ਇਹਨਾਂ ਨੂੰ ਨਹੀਂ ਸੀ ਮਿਲੀ। ਵੱਡੇ ਲੈਵਲ 'ਤੇ ਇਹਨਾਂ ਦੇ ਨਾਲ ਠੱਗੀ ਹੋ ਗਈ, ਜਿਹਦੇ ਵਿੱਚ ਜਿਹੜੇ ਨਜ਼ਦੀਕੀ ਲੋਕ ਦੱਸੇ ਜਾਂਦੇ ਆ, ਉਹ ਪੰਜਾਬ ਦੇ ਸਾਬਕਾ CM ਮਿਸਟਰ ਚਰਨਜੀਤ ਸਿੰਘ ਚੰਨੀ, ਉਹਨਾਂ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਆ, ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਔਰ ਕੁਝ DGP ਆਫਿਸ ਦੇ ਆਪਣੇ ਆਪ ਨੂੰ ਸੁਪਰਡੈਂਟ ਕਹਿ ਲਓ, PA ਕਹਿ ਲਓ, ਜਾਂ ਉਹਨਾਂ ਦੇ ਰੀਡਰ ਨਵਾਂ ਵਿਅਕਤੀ ਕਹਿ ਲਓ, ਉਹਨਾਂ ਦੀਆਂ ਤਸਵੀਰਾਂ ਵੀ ਦੋਸ਼ੀਆਂ ਦੇ ਨਾਲ ਸਾਹਮਣੇ ਆਈਆਂ, ਜਿੱਥੋਂ ਇਹ ਬੜਾ ਵੱਡਾ ਸੰਸ਼ਾ ਪੈਦਾ ਹੁੰਦਾ ਕਿ ਪੰਜਾਬ ਦੇ ਵਿੱਚ ਕਿਤੇ ਐਡਾ ਵੱਡਾ ਨੈਕਸਸ ਚੱਲ ਰਿਹਾ ਹੈਗਾ, ਜਿਹੜਾ ਪੰਜਾਬ ਪੁਲਿਸ ਭਰਤੀ ਨੂੰ ਲੈ ਕੇ ਚੱਲ ਰਿਹਾ, ਜਿਹਨੂੰ ਮੁੱਖ ਮੰਤਰੀ ਪੰਜਾਬ ਨੇ 4-5 ਦਿਨ ਪਹਿਲਾਂ ਆਪਣੀ ਵੀਡੀਓ ਜਾਰੀ ਕਰਕੇ ਵੈਰੀਫਾਈ ਵੀ ਕੀਤਾ, ਤਸਦੀਕ ਵੀ ਕੀਤਾ, ਉਹ ਵੀ ਮੰਨੇ ਕਿ ਵਾਕਈ ਇੱਦਾਂ ਦਾ ਸਾਰੀ ਕਾਰਕਰਦਗੀ ਪੰਜਾਬ ਦੇ ਵਿੱਚ ਹੋ ਰਹੀ ਹੈ, ਕੋਈ ਵਿਅਕਤੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਲਈ ਪੈਸੇ ਬਰਬਾਦ ਨਾ ਕਰੇ, ਠੱਗੀ ਨਾ ਹੋਵੇ। ਪਿਛਲੇ ਸਮੇਂ 'ਚ ਵੀ ਬਹੁਤ ਵੱਡੇ ਲੈਵਲ 'ਤੇ ਇੱਕ ਵੱਡਾ ਫਿਕਸਰ, ਇੱਕ ਵੱਡਾ ਟਾਊਟ ਉਹਦੀ ਗ੍ਰਿਫਤ ਦੇ ਵਿੱਚ ਆਇਆ ਪੰਜਾਬ ਪੁਲਿਸ ਦੀ। ਫਾਜ਼ਿਲਕਾ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਸੀ, ਜਿਹਦਾ ਨਾਂ ਅਮਨ ਸਕੌਡਾ ਸੀ, ਜਿਹਦੇ ਉੱਤੇ 30-32 ਕੇਸ ਆ, ਜਿਹਨੇ ਕਰੋੜਾਂ ਰੁਪਏ ਲੋਕਾਂ ਨੂੰ ਭਰਤੀ ਦੇ ਨਾਮ ਦੇ ਉੱਤੇ ਏਂਟ ਲਏ ਸੀ, ਠੱਗ ਲਏ ਸੀ। ਔਰ ਪੰਜਾਬ ਪੁਲਿਸ ਲਈ ਵੀ ਉਹ ਸਿਰਪਿਟ ਬਣਿਆ ਹੋਇਆ ਸੀ, ਵੱਡੇ ਪੁਲਿਸ ਆਫਿਸਰ ਦੇ ਉਹਦੇ ਨਾਲ ਲਿੰਕ ਸੀ। ਸੋ ਸਾਰਾ ਮਾਮਲਾ ਉਹਦੇ ਨਾਲ ਜੁੜਦਾ ਸਾਹਮਣੇ ਆਇਆ, ਜੋ ਕਿ ਬੜਾ ਸਨਸਨੀ ਖੇਜ ਆ। ਔਰ ਲੀਡਰਾਂ ਦੇ ਦੇਖੋ, ਜਿਹੜੀ FIR ਦਰਜ ਹੋਈ ਆ ਉਹਦੀ ਸਾਲ 2023 ਹੈਗਾ, ਥਾਣਾ ਕੰਬੋ ਹੈਗਾ, ਰੀਸੈਂਟ ਹੀ ਉਹਦਾ ਇਹ ਮਾਮਲਾ ਸਾਹਮਣੇ ਆਇਆ। ਇਹਨਾਂ ਦਾ ਤਕਰੀਬਨ 3 ਸਾਲ ਤੋਂ ਚੱਲ ਰਹੀ ਗੱਲ, 3 ਸਾਲ ਬਾਈ ਨੇਮ ਪਰਚਾ ਦਰਜ ਹੋਇਆ, ਇੱਕ ਰਵਿੰਦਰ ਸਿੰਘ ਉਰਫ ਰੋਬਿਨ, ਜੋ ਕਿ ਸਾਹਨੇ ਵਾਲੇ ਕੱਥੂ ਨੰਗਲ ਅੰਮ੍ਰਿਤਸਰ ਰੂਰਲ ਪੰਜਾਬ ਇੰਡੀਆ ਦਾ ਰਹਿਣ ਵਾਲਾ, ਇਹ ਕਮਲਸ਼ੀਲ ਕੌਰ ਆ, ਉਹ ਰਵਿੰਦਰ ਸਿੰਘ ਰੋਬਿਨ ਦੀ ਪਤਨੀ ਆ, ਦਲਜੀਤ ਸਿੰਘ ਆ, ਫਿਰ ਸ਼ਿਵਮ ਰਾਣਾ। ਸੋ 4 ਦੋਸ਼ੀਆਂ ਦੇ ਉੱਤੇ 22 ਨੇਮ ਪਰਚਾ ਦਰਜ ਹੋਇਆ, ਅਤੇ FIR ਦੇ ਵਿੱਚ ਡਿਟੇਲਸ ਵੀ ਹੈਗੀਆਂ ਕਿ ਕਿੰਨੇ ਪੈਸੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਲਏ, ਜਿਹਦੀ ਕਿ ਵੀਡੀਓ ਦਾ ਸਬੂਤ, ਪੋਲੀਟੀਕਲ ਲੀਡਰਸ ਨਾਲ ਫੋਟੋਆਂ ਦਾ ਸਬੂਤ, ਉਹਨਾਂ ਦੇ DGP ਆਫਿਸ ਦੇ ਐਕਸੈਸ ਦੇ ਪਾਸੇ, ਸਾਰੀਆਂ ਚੀਜ਼ਾਂ। ਹਾਂ ਬਿਲਕੁਲ ਹੈਗੇ ਆ ਜੀ, ਬੜਾ ਵੈਰੀਫਾਈਡ ਸਾਰਾ ਡੇਟਾ, ਉਹ ਜਿਹੜੇ ਦੋਸ਼ੀ ਨੇ ਉਹਨਾਂ ਦੀਆਂ ਤਸਵੀਰਾਂ, ਇਹ ਮੈਂ ਬਰੀਫ ਕਰ ਰਿਹਾ ਮਤਲਬ ਆਪਾਂ ਤਸਵੀਰ ਵੀ ਇੱਦਾਂ ਹੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੇ ਵਰਦੀ ਪਹਿਨੀ ਹੋਈ ਆ, ਉਹ ਵਰਦੀ ਵੀ ਆਪਣੇ ਨਾਲ ਲੈ ਕੇ ਆਏ ਨੇ। ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੀ ਉਹ ਵਰਦੀ ਜਿਹੜੀ ਉਸ ਸਮੇਂ ਪਹਿਨਦੇ ਸੀ, ਉਹ ਵੀ ਆਪਣੇ ਨਾਲ ਲੈ ਕੇ ਆਏ ਆ। ਸੋ ਇੱਥੋਂ ਸਿੱਧਾ ਸਿੱਧਾ ਕਲੀਅਰ ਹੋ ਰਿਹਾ
ਕਿ ਜਿਹੜੀ ਪ੍ਰੈਸ ਕਾਨਫਰੰਸ, ਜਿਹੜੀ ਪ੍ਰੈਸ ਸੰਬੋਧਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣਾ ਨੇ 5-7 ਦਿਨ ਪਹਿਲਾਂ ਵਾਜ਼ੇ ਕੀਤੀ ਸੀ, ਕਲੀਅਰ ਕੀਤੀ ਸੀ ਕਿ ਵਾਕਈ ਉਹਨਾਂ ਨੇ ਤਸਦੀਕ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਵੱਡੇ ਲੈਵਲ 'ਤੇ ਇੱਦਾਂ ਦੀ ਧਾਂਦਲੀ, ਇੱਦਾਂ ਦੀ ਕਰਪਟ ਐਕਟੀਵਿਟੀਜ਼, ਇੱਦਾਂ ਦੇ ਫਿਕਸਰਸ, ਇੱਦਾਂ ਦੇ ਠੱਗ ਲੋਕ ਜਿਨ੍ਹਾਂ ਦੀ ਕੋਈ ਰਲਾਵਟ ਮਿਲਾਵਟ ਆਫਿਸਰਸ ਦੇ ਨਾਲ ਹੋ ਸਕਦੀ ਆ, ਕਿਸੇ ਵੱਡੇ ਲੀਡਰਸ ਦੇ ਨਾਲ ਹੋ ਸਕਦੀ ਆ, ਸ਼ੰਕਾ ਉਹਨਾਂ ਨੇ ਜਿਤਾਈ ਔਰ ਕਲੀਅਰ ਕਰ ਦਿੱਤਾ ਕਿ ਵਾਕਈ ਇਹ ਗੱਲਾਂ ਪੰਜਾਬ ਦੇ ਵਿੱਚ ਹੋ ਰਹੀਆਂ। ਔਰ ਮੈਂ ਆਪ ਜੀ ਨੂੰ ਇਹ ਹਿਸਟਰੀ ਵੀ ਬਿਆਨ ਕਰਦਿਆਂ, ਤੁਸੀਂ ਆਪ ਦੇਖ ਸਕਦੇ ਹੋ ਕਿ ਇਹਨਾਂ ਨੂੰ ਆਫਿਸ ਆਫ DGP ਪੰਜਾਬ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਿਵ ਸੈਕਟਰਸ ਤੋਂ ਲੈਟਰਸ ਵੀ ਰਿਸੀਵ ਹੁੰਦੀਆਂ ਰਹੀਆਂ, ਜਿਹੜੀ ਇਹ ਇਹਨਾਂ ਨੇ ਨੋਟਰੀ ਪਬਲਿਕ ਤੋਂ ਵੀ ਅਟੈਸਟ ਕਰਾਈਆਂ, ਜਿਹਦੇ ਵਿੱਚ ਮੈਂ ਆਪ ਨੂੰ ਵਾਜ਼ੇ ਕਰ ਦੇਵਾਂ ਕਿ ਇਹਦੇ ਵਿੱਚ ਲਿਖਿਆ ਗਿਆ ਕਿ ਸਾਬਕਾ ਫੌਜੀ ਗੁਰਦਿਆਲ ਸਿੰਘ ਪੁੱਤਰ ਸ਼੍ਰੀ ਗੁਰਚਰਨ ਸਿੰਘ ਵੱਲੋਂ ਮਹਿਕਮਾ ਪੰਜਾਬ ਪੁਲਿਸ ਦੀ ਭਰਤੀ ਹੋਣ ਸੰਬੰਧੀ, ਉਸਦੇ ਵਿੱਚ ਮੈਂਸ਼ਨ ਇਹ ਕੀਤਾ ਗਿਆ ਕਿ ਆਪ ਵੱਲੋਂ ਜਿਹੜੀ ਦਰਖਾਸਤ ਦਿੱਤੀ ਗਈ ਆ, ਇਸ ਸੰਬੰਧ ਵਿੱਚ ਦੱਸਿਆ ਜਾਂਦਾ ਕਿ ਪੁਲਿਸ ਵਿਭਾਗ ਵਿੱਚ ਪੰਜਾਬ ਦੇ ਕਿਸੇ ਹੋਰ ਮਹਿਕਮੇ ਵਿੱਚ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ਜਿਹੜੇ ਸਾਬਕ ਫੌਜੀ ਹੁੰਦੇ ਆ ਉਹਨਾਂ ਲਈ, ਤਾਂ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਬਕਾ ਫੌਜੀਆਂ ਵਾਸਤੇ ਕੋਟਾ ਰਾਖਵਾਂ ਰੱਖਿਆ ਗਿਆ, ਔਰ ਇਸ ਲਈ ਆਪ ਸਿੱਧੀ ਭਰਤੀ ਦੌਰਾਨ ਪ੍ਰਕਾਸ਼ਿਤ ਅਸਾਮੀਆਂ ਵਿੱਚ ਰਾਖਵੇਂ ਕੋਟੇ ਰਾਹੀਂ ਤਹਿਤ ਅਪਲਾਈ ਕਰਕੇ ਲਾਭ ਪ੍ਰਾਪਤ ਕਰ ਸਕਦੇ ਹੋ। ਸੋ ਬੜਾ ਹੀ ਕਾਗਜ਼ਾਂ ਦੇ ਰੂਪ ਦੇ ਵਿੱਚ ਔਥੈਂਟੀਕੇਟਡ ਇੱਕ ਮੈਥਡ ਬਣਾ ਕੇ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ। ਔਰ ਇਸ ਤੋਂ ਵੀ ਵੱਡੀ ਗੱਲ, ਤੁਸੀਂ ਦਲੇਰੀ ਦੇਖ ਲਓ ਇਹਨਾਂ ਫਿਕਸਰਸ ਦੀ, ਕਿ ਚਰਨਜੀਤ ਸਿੰਘ ਚੰਨੀ ਦੇ ਨਾਮ ਦੇ ਉੱਤੇ ਉਹਨਾਂ ਦੇ DO ਲੈਟਰ ਦੇ ਉੱਤੇ ਇਹ ਤਸਦੀਕ ਕਰਨਾ ਬਣਦਾ ਆ ਕਿ ਫੇਕ ਹੈ, ਕਿੰਨਾ ਲੋਕਾਂ ਨੇ ਫੋਰਜਰੀ ਕੀਤੀ, ਕਿੰਨਾ ਲੋਕਾਂ ਨੇ ਇਹ ਸਹੀ ਹੈ ਗਲਤ ਹੈ, ਇਹ ਬੜੀ ਵੱਡੀ ਜਾਂਚ ਦਾ ਵਿਸ਼ਾ। ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਉਸ ਵੇਲੇ ਦੇ ਚਰਨਜੀਤ ਸਿੰਘ ਚੰਨੀ ਹੋਣਾ ਦੇ DO ਲੈਟਰ ਦੇ ਉੱਤੇ ਇਹਨਾਂ ਨੂੰ ਇੱਦਾਂ ਦਾ ਇੱਕ ਆਰਡਰ ਕੀਤਾ ਜਾਂਦਾ ਜਿਹੜਾ ਕਿ ਲਿਖਿਆ ਕਿ DGP ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਉਸ ਵੇਲੇ ਦੇ ਉਹਨਾਂ ਨੂੰ ਇੱਕ ਹੁਕਮ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਸਬ ਇੰਸਪੈਕਟਰ ਦੀ ਨੌਕਰੀ 'ਤੇ ਜੁਆਇਨ ਕਰਾਇਆ ਜਾਵੇ। ਸੋ ਇਹ ਵੀ ਇੱਕ DO ਲੈਟਰ, ਮੈਂ ਨਹੀਂ ਜਾਣਦਾ ਕਿ ਇਹ ਫੇਕ ਹੈ ਕਿ ਰੀਅਲ ਹੈ।